ਦੇ ਪਿੱਛੇ ਪੰਜਾਹ ਐਰੋ ਹਰਮਨ ਬਠਲਾ ਜਾਸਰ ਮਖਲੇ ਵੱਲੋਂ ਔਰ ਪੰਜਾਹ ਐਰੋ ਰਾਜੇ ਧਾਮੀ ਵੱਲੋਂ ਮੇਰੇ ਵੀਰੋ ਆਹ ਸਾਰੇ ਵੀਰਾਂ ਵੱਲੋਂ ਮਾਨ ਸਨਮਾਨ ਸਮਰਾ ਸਾਹਿਬ ਫੜਿਓ ਡੇਢ ਵਾਲਾ ਜੱਫਾ ਲੱਗ ਗਿਆ ਥੋੜਾ ਹੱਥ ਕੇ ਨਾ ਦਿਖਾ ਦੇ ਆਹ ਸਾਹਮਣੇ ਅਗਲੀ ਕਬੱਡੀ ਮੇਰੇ ਮਿੱਤਰ ਧੰਨਵਾਦ ਪਈ ਹੋਈ ਰਾਜੇ ਨੇ ਪੈਸੇ ਦੇ ਦਿੱਤੇ ਪੂਰਾ ਜਿਵੇਂ ਕਹਿੰਦੇ ਪੂਰਾ ਜ਼ੋਰ ਲੱਗਿਆ ਪਿਆ ਕਹਿੰਦੇ ਪ੍ਰਮੋਟਰਾਂ ਦੀਆਂ ਵੀ ਪਹਿਲੀਆਂ ਦੋ ਕੌਡੀਆਂ ਦੇ ਉੱਪਰ ਕਹਿੰਦੇ ਧੜਕਣਾਂ ਪੂਰੀਆਂ ਤੇਜ਼ ਹੋ ਗਈਆਂ ਮੇਰੇ ਵੱਖੋਂ ਉਹ ਕਹਿੰਦੇ ਜੱਸੇ ਦੀ ਪਹਿਲੀ ਕਬੱਡੀ ਦੇ ਉੱਪਰ ਸਾਹਮਣੇ ਦੇਖਾਂਗੇ ਕਹਿੰਦੇ ਕੌਣ ਰਾਇਲਨ ਦੀ ਟੀਮ ਦਾ ਕਹਿੰਦੇ ਸੀਤਾ ਬਲੇਰਾਂ ਵਾਲਾ ਜੱਫਾ ਲਾ ਪਾਊ ਜਾਂ ਤੇ ਨਹੀਂ ਉਹ ਕਹਿੰਦੇ ਖੜਕਾ ਧੜਕਾ ਖੜਕਾ ਧੜਕਾ ਉਹ ਦੇਖ ਲਾ ਦਰਾਲਿਆ ਬਣ ਗਈ ਗੱਲ ਪਹਿਲਾਂ ਵਾਲੀ ਬਣ ਗਈ ਗੱਲ ਉਹ ਬਣ ਗਈ ਗੱਲ ਪਹਿਲਾਂ ਵਾਲੀ ਬਲਜਿੰਦਰ ਸਿੰਘ ਜੀ ਹੁੰਜਣ ਪਰਮਜੀਤ ਸਿੰਘ ਜੀ ਹੁੰਜਣ ਸਵਰਗ ਤੋਂ ਬਲਜਿੰਦਰ ਸਿੰਘ ਜੀ ਹੁਣੀ ਬਲਵਿੰਦਰ ਸਿੰਘ ਜੀ ਡਿਊ ਸਵਰਗ ਗੁਰਦਾਸਪੁਰੀ ਸਾਹਿਬ ਪਰਮਜੀਤ ਸਿੰਘ ਜੀ ਹੁੰਜਣ ਬਹੁਤ ਬਹੁਤ ਧੰਨਵਾਦ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਵੱਡਾ ਮਾਣ ਉਧਰ ਹੈਰੀ ਸੰਧੂ ਆ ਸਾਡਾ ਵੀਰ ਨਾਲ ਜੱਸੀ ਸ਼ੇਰ ਗਿੱਲ ਹੈ ਭਰਾ ਆਓ ਸਾਹਮਣੇ ਇੱਕ ਪਾਸੇ ਪਹਿਲਾਂ ਤੇ ਦੂਜੇ ਪਾਸੇ ਸੋਨੀ ਸੋਨੀ ਤੇ ਪਹਿਲਾਂ ਪਹਿਲਾਂ ਤੇ ਸੋਨੀ ਆਓ ਫਰੈਂਕ ਫੋਰਟ ਆਇਓ ਕਿਵੇਂ ਲੱਗੂ ਮੈਚ ਫਿਰ ਪੂਰਾ ਸਿਰਾ ਹੋਣਾ ਜਲਾ ਵਾਲਾ ਹੈ ਪਹਿਲੀਆਂ ਦੋ ਦੋ ਕੌਡੀਆਂ ਦੇ ਉੱਪਰ ਹੀ ਕਹਿੰਦੇ ਖੜਕਾ ਦੜਕਾ ਹੋ ਗਿਆ ਉਹ ਕਹਿੰਦੇ ਅੰਮ੍ਰਿਤਸਰੀਆ ਢੋਲਾ ਵਾਧਾ ਹੋਇਆ ਕਬੱਡੀ ਪਾਉਣ ਦੇ ਲਈ ਕਿ ਦਬ ਗਿਆ ਜੱਟ ਭੂਮੇ ਵਾਲਾ ਪਾਈ ਐਵੇਂ ਸ਼ੋਰ ਨੇ ਜਾਂਦੇ ਜਿਨ੍ਹਾਂ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਜਿਨ੍ਹਾਂ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਉਹਨਾਂ ਦੇ ਖੰਡੇ ਵਾਲੇ ਹੁਣ ਤੇ ਖੜਕੇ ਆ ਜਾ ਹੁਣ ਤੇ ਸਵਾਦ ਆਊ ਵੱਖਰਾ ਆਓ ਸਾਹਮਣੇ ਅਗਲੀ ਕਬੱਡੀ ਅੰਕਿਤ ਲਾਠ ਮੇਰੇ ਵੀਰੋ ਦਿੱਲੀ ਦੇ ਲਾਗੇ ਪਿੰਡ ਕਹਿੰਦਾ ਹੋਰ ਕਿਹੜਾ ਤੂੰ ਦਿੱਲੀ ਜਿੱਤੀ ਬਸ ਦਿਲ ਹੀ ਜਿੱਤੇ ਆ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਦੱਬਦਾ ਕਿੱਥੇ ਆ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ ਅਗਲੀ ਕਬੱਡੀ ਉਹ ਕਹਿੰਦੇ ਚੰਬੇ ਵਾਲਾ ਵਾਧਾ ਹੋਇਆ ਕਹਿੰਦੇ ਰਾਜੇ ਧੰਦੂ ਨੂੰ ਮਾਣ ਆ ਮੁੰਡੇ ਦੀ ਖੇਡ ਦੇ ਉੱਪਰ ਗੱਲ ਭਾਵੇਂ ਕਹਿੰਦੇ ਸਾਡੇ ਬਹੁਵੀ ਬਾਟ ਤੇ ਕਹਿੰਦੇ ਬਾਈ ਬਲਕਾਰ ਬਲ ਦੀ ਹੋਵੇ ਉਹ ਬਿੱਟੂ ਜਾਓ ਦਾ ਕਹਿੰਦੇ ਚਹੇਤਾ ਵਾਧਾ ਕਬੱਡੀ ਪਾਉਣ ਦੇ ਲਈ ਪਰ ਡਬਲ ਸੱਚ ਉਹ ਦੇਖੋ ਪਹਿਲਾਂ ਗੱਲ ਵਾਲਾ ਕਹਿੰਦੇ ਕਰਦਾ ਫੈਸਲਾ ਵੀ ਨੰਬਰ ਧਾਵੀ ਨੇ ਕਹਿੰਦੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਕਿ ਪਹਿਨੀਆਂ ਹਨ ਜਿਵੇਂ ਕਹਿੰਦੇ ਨਾ ਵੀ ਫੜ ਕੇ ਚੜ ਚੜ ਕੇ ਆਓ ਵੇਖਦਾ ਜਰਮਨ ਸਾਰਾ ਖੜ ਖੜ ਕੇ ਵੇਖਦਾ ਜਰਮਨ ਸਾਰਾ ਖੜ ਖੜ ਕੇ ਖੜ ਖੜ ਕੇ ਨਹੀਂ ਆਉਣਾ ਵੇਖਦੇ ਕਬੱਡੀ ਦਾ ਕਾਕਾ ਕਾਕਾ ਮੇਰਾ ਪਟਾਕਾ ਕਾਕਾ ਮੇਰਾ ਪਟਾਕਾ ਕਾਕਾ ਮੇਰਾ ਪਟਾਕਾ ਉਧਰ ਅੰਤਰ ਸਿੰਘ ਜੀ ਵਿਗਿਆਨਾਂ ਅਮਰੀਕਾ ਤੋਂ ਜੁੜੇ ਹੈ ਔਰ ਲਾਈਵ ਜੁੜੇ ਹੈ ਮੇਲੇ ਲਈ ਵੱਡੀ ਸਪੋਰਟ ਹੈ ਕਹਿੰਦੇ ਵੀ ਕਮੈਨ ਸਾਹਿਬ ਮੁਬਾਰਕਬਾਦ ਹੈ ਬਾਬਾ ਮੱਖਣ ਸ਼ਾਹ ਜੀ ਲਵਾਣਾ ਟਰੱਸਟ ਨੂੰ ਅੱਜ ਮਹਾਂਪੁਰਸ਼ ਮੇਰੇ ਵੀਰੋ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਵੱਡਾ ਖੇਡ ਮੇਲਾ ਆਓ ਸਾਹਮਣੇ ਪਈ ਹੋਈ ਰੇਲ ਜੱਸੇ ਭਾਨੇ ਦੀ ਤੇ ਮੁਕਾਬਲਾ ਗੋਪੀ ਜਠੌਰ ਦੇ ਨਾਲ ਹੈ ਤੇ ਨੰਬਰ ਭਾਨੇ ਵਾਲੇ ਜੱਸੇ ਦਾ ਹੈ ਵਾਹ ਵਾਹ ਪੂਰੀ ਗੁੱਡ ਜੱਜਮੈਂਟ ਦਿੱਤੀ ਹੈ ਕਹਿੰਦੇ ਵਿਹਲੇ ਗੱਲ ਵਾਲੇ ਨੇ ਆਓ ਅਗਲੀ ਕਬੱਡੀ ਪਹਿਲਾਂ ਜੌਲ ਕਹਿੰਦੇ ਵਾਧਾ ਹੋਇਆ ਪਾਉਣ ਦੇ ਲਈ ਇੱਧਰ ਬਿੱਲੇ ਸੰਘੇ ਦਾ ਵੀ ਜਿਵੇਂ ਕਹਿੰਦੇ ਵੀ ਪੂਰਾ ਜ਼ੋਰ ਲੱਗਿਆ ਪਿਆ ਪਰ ਆਓ ਵੇਖੋ
ਗਿੱਲਾ ਜੌਲ ਆਪਣੀ ਟੀਮ ਨੇ ਇਸੇ ਬਿਹਤਰੀਨ ਨੰਬਰ ਦਾ ਵਾਧਾ ਕਰਦਾ ਹੋਇਆ ਉਹ ਕਹਿੰਦੇ ਢੋਲਾ ਅੰਬਰਸਰੀਆ ਆ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਜੀਤਾ ਬੇਗੋ ਵਾਲੀ ਆ ਭਲਵਾਨ ਵਿਸ਼ੇ ਪਾਸੇ ਧੰਨਵਾਦ ਆ ਗਿਆ ਬੱਬੂ ਉੱਥੇ ਮੁਲਤਾਨੀ ਹੋਣਾ ਦਾ ਗੁਰਦਾਸਪੁਰੀ ਨਿੱਕੇ ਹੋਣਾ ਦਾ ਧੰਨਵਾਦ ਆਓ ਸਾਹਮਣੇ ਇੱਕ ਪਾਸੇ ਸੀਤਾ ਸਿਰੇ ਦੀ ਖੇਡ ਦਿਖਾਉਂਦਾ ਹੈ ਸਿਰੇ ਦੀ ਖੇਡ ਦਿਖਾਉਂਦਾ ਹੈ ਆਓ ਸਾਹਮਣੇ ਢੋਲਾ ਢੋਲਾ ਅੰਮ੍ਰਿਤਸਰੀਆ ਟੌਪ ਦਾ ਪੁਆਇੰਟ ਜੋੜਦਾ ਮੇਰਾ ਭਰਾ ਬਣ ਕੇ ਵੀਰੇ ਕਲੀਅਰ ਕਰ ਦਿਓ ਗਰਾਊਂਡ ਮੇਰਾ ਵੱਡਾ ਬਾਈ ਬਣ ਕੇ ਆ ਜਾ ਮੇਰਾ ਭਰਾ ਬਣ ਕੇ ਇੱਧਰ ਬਹਿ ਕੇ ਮੈਚ ਦੇਖਣਾ ਸਵਾਲ ਨਾ ਆਪਾਂ ਖਰਾਬ ਕਰੀਏ ਉਹ ਕਹਿੰਦੇ ਸਾਹਮਣੇ ਦੇਖਾਂਗੇ ਪੈਂਦੀ ਕਬੱਡੀ ਦੇ ਉੱਪਰ ਐਨ ਕਹਿੰਦੇ ਘਰਾਤੀ ਬੱਲੇ ਬੱਲੇ ਇੱਕ ਲੱਤ ਉੱਤੇ ਦੂਜੀ ਥੱਲੇ ਇਹ ਕਹਿੰਦੇ ਫਰਿਆਦ ਕੇ ਲਾਣੇ ਦਾ ਕੌਣ ਹੈ ਜਲਾ ਲੈਣਾ ਦੱਸਾਂ ਲੋਕਾਂ ਨੂੰ ਇਹ ਸ਼ੰਕਰਪੁਰੀਆ ਕਾਕਾ ਹੈ ਉਧਰ ਪਰਮਜੀਤ ਸਿੰਘ ਜੀ ਹੁੰਜਣ ਬਲਵਿੰਦਰ ਸਿੰਘ ਜੀ ਗੁਰਦਾਸਪੁਰੀ ਵੱਡੇ ਮਾਣ ਕਰਦੇ ਆ ਆਹ ਸਾਹਮਣੇ ਬਾਬਾ ਜੀ ਵੇਖਿਓ ਯਾਰ ਕਬੱਡੀ ਨੌਜਵਾਨ ਗੱਭਰੂ ਦੀ ਉਧਰ ਭੋਲਾ ਜੀ ਕਹਿੰਦੇ ਪਹਿਲਾ ਪ੍ਰਾਈਜ ਦੇਵਾਂਗੇ ਟੋਨੀ ਮੁਲਤਾਨੀ ਵੱਲੋਂ ਵੱਡੇ ਮਾਨ ਸਨਮਾਨ ਆਏ ਨੇ ਤੈ ਦਿਲ ਤੋਂ ਧੰਨਵਾਦ ਅਮਰੀਕਾ ਤੋਂ ਸਾਡਾ ਭਰਾ ਜਮਰੇੜੀ ਦੇ ਮੇਲੇ ਦੀਆਂ ਵੀ ਗੱਲਾਂ ਵੱਖਰੀਆਂ ਹੋਣਗੀਆਂ ਇੱਕ ਪਾਸੇ ਰੇਸ਼ਮ ਦੂਜੇ ਪਾਸੇ ਮਨਦੀਪ ਆਇਆ ਮਾੜੀ ਮਹਿੰਗੇ ਵਾਲਾ ਮਨਦੀਪ ਔਰ ਸਾਹਮਣੇ ਦੇਖਦਾ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਆ ਕਰਨੈਲ ਸਿੰਘ ਜੀ ਮਾਣ ਕਰਦੇ ਆ ਇੰਦਰਜੀਤ ਜੋਸ਼ਨ ਨੇ ਮਾਣ ਕੀਤਾ ਆਹ ਸਾਹਮਣੇ ਸੁੱਖਾ ਮੰਗਾ ਰੋਇਲ ਵਾਲਿਆਂ ਵੱਲੋਂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਅੰਦਰ ਬਣਿਆ ਹੋਇਆ ਇੱਕ ਪਾਸੇ ਕੁਲਦੀਪ ਦੂਜੇ ਪਾਸੇ ਕਾਕਾ ਆਹ ਸਾਹਮਣੇ ਲੱਗਾ ਚੋਰ ਇੱਕ ਪਾਸੇ ਸੁੱਖਾ ਮੰਗਾ ਔਰ ਦੂਜੇ ਪਾਸੇ ਸ਼ੰਕਰਪੁਰੀਆ ਕਾਕਾ ਕਹਿੰਦੇ ਪੂਰਾ ਜ਼ੋਰ ਲੱਗਿਆ ਪਿਆ ਰਿੰਕੂ ਸਮਰੇ ਦਾ ਉਹ ਕਹਿੰਦੇ ਦੇਖ ਲਾ ਬਾਜ ਬਾਈ ਮੁੰਡੇ ਪੱਤਰਾ ਵਾਲੇ ਕਹਿੰਦੇ ਲਾ ਕੇ ਜੱਫਾ ਬੱਲੇ ਬੱਲੇ ਕਰਾਹੀ ਹੈ ਅਗਲੀ ਕਬੱਡੀ ਬਿੱਲਾ ਵਾਧਾ ਹੋਇਆ ਕਹਿੰਦੇ ਪਾਉਣ ਲਈ ਉਹ ਮਾਝੇ ਵਾਲੀ ਕਹਿੰਦੇ ਕੌਡੀ ਪੈਂਦੀ ਆ ਜਰਮਨ ਦੇ ਵਿੱਚ ਕਿ ਟੈਟੂਆਂ ਨਾਲ ਢੱਕਿਆ ਨਿਸ਼ਾਨ ਟੱਖਾਂ ਦੇ ਸਮਝੀ ਨਾ ਕਿਤੇ ਜੱਟ ਸਾਹੂ ਨੇ ਕਿ ਫੱਲੀਏ ਨਵਾਬਾ ਜਿੰਨੀ ਟੌਰ ਰੱਖਦੇ ਰੱਖਦੇ ਆ ਮਾਝੇ ਵਾਲੇ ਭਾਊ ਨੀ ਫੱਲੀਏ ਨਵਾਬਾ ਜਿਹੀ ਟੌਰ ਰੱਖਦੇ ਰੱਖਦੇ ਆ ਮਾਝੇ ਵਾਲੇ ਭਾਊ ਨੀ ਰੱਖਦੇ ਆ ਮਾਝੇ ਵਾਲੇ ਭਾਊ ਨੀ ਆਓ ਸਾਹਮਣੇ ਅਗਲੀ ਕਬੱਡੀ ਧਰਮਿੰਦਰ ਢੋਲੇ ਦੀ ਅੰਮ੍ਰਿਤਸਰੀਆ ਢੋਲਾ ਘੁੰਮੇ ਵਾਲਾ ਢੋਲਾ ਹੰਜਰਾ ਪਰਿਵਾਰ ਦਾ ਢੋਲਾ ਆਹ ਹਾਲੈਂਡ ਵਾਲਿਆਂ ਦਾ ਢੋਲਾ ਪਾਉਂਦਾ ਖੁੱਤੀ ਮੇਰੇ ਮਿੱਤਰੋ ਕਿ ਨਹੀਂ ਗੱਲ ਸਮੇਂ ਦੀ ਹੋਣੀ ਇੱਕ ਪਾਸੇ ਸੀਤਾ ਔਰ ਦੂਜੇ ਪਾਸੇ ਢੋਲਾ ਢੋਲੇ ਦੇ ਸੀਤਾ ਮੇਰੇ ਬੇੜੀ ਬੱਲੇ ਬੱਲੇ ਹੋ ਗਈ ਮਿੱਤਰੋ ਬੱਲੇ ਬੱਲੇ ਹੋ ਗਈ ਮਿੱਤਰੋ ਬੱਲੇ 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 ਹੋ ਗਈ ਤੇ ਬੱਲੇ ਬੱਲੇ ਕਹਿੰਦੇ ਇੱਦਾਂ ਹੀ ਹੋਈ ਜਾਣੀ ਆ ਜਲਾਲ ਵਾਲਾ ਸਾਰੇ ਮੈਚ ਵਿੱਚ ਹੀ ਜਿਵੇਂ ਕਹਿੰਦੇ ਤਾਂ ਵੀ ਛੋਲੇ ਫਿਰ ਵਰਗਾ ਮੈਚ ਲੱਗਣਾ ਉਹ ਕਹਿੰਦੇ ਕਬੱਡੀ ਅੰਕ ਤਾਂ ਵਾਧਾ ਹੋਇਆ ਪਾਉਣ ਲਈ ਚਾਰਾਂ ਜਾਫੀਆਂ ਵਿੱਚੋਂ ਕਿ ਇਕੱਲਾ ਕਿਹੜਾ ਪੁੱਤ ਜਾਣ ਕੇ ਸਾਰੇ ਪਿੰਡ ਦੇ ਬੋਲਦਾ ਧਾਵਾ ਕੀ ਇਸ਼ਾਰਾ ਅਮਰੀਕ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਵੀਰ ਨੇ ਅਮਰੀਕ ਸਿੰਘ ਜੀ ਬਹੁਤ ਬਹੁਤ ਸਤਿਕਾਰ ਹੈ ਵੀਰਾਂ ਦਾ ਵੱਖੋ ਵੱਖਰੇ ਭਰਾ ਆਨਲਾਈਨ ਜੁੜੇ ਹੋਏ ਨੇ ਸਾਰਿਆਂ ਦਾ ਧੰਨਵਾਦ ਬਾਬਾ ਮੱਖਣ ਸ਼ਾਹ ਜੀ ਲਵਾਣਾ ਟਰੱਸਟ ਵੱਲੋਂ ਗੁਰਦਾਸਪੁਰੀ ਨਿੱਕੇ ਹੋਣਾ ਦਾ ਧੰਨਵਾਦ ਹੈ ਨੰਬਰ ਕਲੀਅਰ ਕਰਿਓ ਸੁੱਖਾ ਜੀ ਕਿੱਧਰ ਨੰਬਰ ਨੰਬਰ ਕਿਹੜਾ ਜੀ
ਕਲੀਅਰ ਕਰ ਦਿਓ ਇਧਰ ਲਿਖਣਾ ਆਪਾਂ ਚੱਕਰ ਨਾ ਕਿਤੇ ਪੈ ਜਾਵੇ ਪਹਿਲਾਂ ਵਾਲਾ ਇੱਕ ਇੱਕ ਨੰਬਰ ਕੀਤੀ ਹੈ ਤੇ ਗੱਲਾਂ ਵੱਖਰੀਆਂ 27 ਤਰੀਕ ਨੂੰ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਫਰਾਂਸ ਵੱਲੋਂ ਵੱਡਾ ਮੇਲਾ 28 ਜੁਲਾਈ ਨੂੰ ਦੁਆਬਾ ਸਪੋਰਟਸ ਵਾਲੇ ਕਹਿੰਦੇ ਵੀ ਅਸੀਂ ਵੀ ਮੇਲਾ ਵੱਡਾ ਕਰਵਾਉਣਾ ਦੋ ਦਿਨ ਰੌਣਕਾਂ ਪੈਰਸ ਫਰਾਂਸ ਦੇ ਵਿੱਚ ਲੱਗਣਗੀਆਂ ਅਗਲੇ ਹਫ਼ਤੇ ਮੇਰੇ ਮਿੱਤਰੋ ਫਿਰ 4 ਅਗਸਤ ਨੂੰ ਸ਼ੇਰੇ ਪੰਜਾਬ ਆਜ਼ਾਦ ਦਾ ਮੇਲਾ ਹੋਣਾ ਬੈਲਜੀਅਮ ਦੇ ਵਿੱਚ ਉਹਦੇ ਲਈ ਵੀ ਆਪ ਸਭ ਨੂੰ ਧਿਆਨ ਭਰੇ ਸੱਦੇ ਨੇ ਆਓ ਸਾਹਮਣੇ ਆਓ ਕਹਿੰਦੇ ਰੇਸ਼ਮ ਜੰਬੇ ਘੜ ਕੇ ਵਾਲਾ ਵੱਧ ਆਇਆ ਕਬੱਡੀ ਪਾਉਣ ਦੇ ਲਈ ਜਿੰਦਰ ਬਿਰਕ ਵੀ ਕਹਿੰਦੇ ਵੇਖਦਾ ਹੋਵੇਗਾ ਆਓ ਕਹਿੰਦੇ ਬੱਲਬਾਈ ਨੂੰ ਰਾਜੇ ਧੰਜੂ ਨੂੰ ਮਾਣ ਹੈ ਕਹਿੰਦੇ ਇਹ ਆ ਰੇਸ਼ਮ ਚੰਬੇ ਘਾਟੇ ਵਾਲਾ ਕਹਿੰਦੇ ਬੁੱਕਦਾ ਫਿਰਦਾ ਜੀ ਜਰਮਨ ਦੇ ਵਿੱਚ ਬੱਬੂ ਹਾਂਜੀ ਬਾਬਾ ਗਿੱਲ ਜੀ ਕਹਿੰਦੇ ਵੀ ਸਾਨੂੰ ਵੀ ਸਦਾ ਜਿੰਦਰ ਵਿਰਕ ਨੇ ਭੇਜਿਆ ਸਾਡੇ ਛੋਟੇ ਵੀਰ ਨੇ ਅਸੀਂ ਵੀ ਪੁੱਜ ਰਹੇ ਹਾਂ ਔਰ 27 ਦੇ ਮੇਲੇ ਤੇ ਵੱਡੀਆਂ ਰੌਣਕਾਂ ਲਾਵਾਂਗੇ ਜਿੱਥੇ ਖੰਨੇ ਵਾਲੇ ਬੱਬੂ ਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਕਬੱਡੀ ਕਲੱਬ ਦੇ ਜਿੰਦਰ ਵਿਰਕ ਬਲਵਿੰਦਰ ਬੱਲ ਹੋਣਾ ਵੱਲੋਂ ਔਰ ਗੁਰਦਿਆਲ ਪੰਡੇ ਹੋਣਾ ਵੱਲੋਂ ਸੋਨੇ ਦੀ ਚੈਨੀ ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ ਆਹ ਸਾਡੇ ਸੁੱਖੇ ਮੱਘੇ ਦੀ ਪਈ ਹੋਈ ਰੇਡ ਚਾਰ ਜਾਫੀ ਨੇ ਇੱਕ ਪਾਸੇ ਲੋਦੇ ਆਣੀਆਂ ਪਰ ਗੁਰਦਾਸਪੁਰੀਆ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਤੇ ਮੁੱਲ ਪੈਣ ਸਰੀਰਾਂ ਦੇ ਜਿੰਨਾ ਲਾਈਆਂ ਮਿਹਨਤਾਂ ਉੱਠ ਕੇ ਧੰਨ ਚੋਰ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਨੇ ਕਰਹੀ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਬਹੁਤ ਬਹੁਤ ਪਿਆਰੇ ਵੀਰ ਨੇ ਕਾਂਤਾ ਹਾਲੈਂਡ ਦੇ ਨਾਲ ਕਹਿੰਦੇ ਜੱਸਾ ਹਾਲੈਂਡ ਉਹ ਕਹਿੰਦੇ ਵੀ ਇਹ ਹਾਲੈਂਡ ਦੀ ਟੀਮ ਅੱਜ ਫਸਟ ਆਵੇਗੀ ਤੇ 500 ਯੂਰੋ ਕਾਂਤੇ ਦੇ ਕਹਿੰਦੇ ਜੱਸੇ ਵੱਲੋਂ ਦਿੱਤਾ ਜਾਵੇਗਾ ਹਾਲੈਂਡ ਵਾਲਿਆਂ ਵੱਲੋਂ ਆਓ ਕਹਿੰਦੇ ਮਿੱਲਾਂ ਮੱਗਾ ਵਾਧਾ ਹੋਇਆ ਕਬੱਡੀ ਪਾਉਣ ਦੀ ਆਓ ਇਹਨਾਂ ਦਾ ਕਹਿੰਦੇ ਸਿਆਮ ਸਿੰਘ ਦੀ ਹੂਜ ਵਿੱਚ ਬਿੱਲਾ ਜੌਲ ਹੈ ਕਬੱਡੀ ਪਾ ਕੇ ਪਾਉਣ ਲੱਗੇ ਬਾਪੋ ਜਾਂਦਾ ਹੋਇਆ ਕਹਿੰਦੇ ਬਿੱਲਾ ਜੌਲ ਕਦੇ ਮੱਗੇ ਦੀ ਗੱਲ ਕਦੇ ਬਿੱਲੇ ਦੀ ਗੱਲ ਆਓ ਕਹਿੰਦੇ ਰੇਸ਼ਮ ਫੇਰ ਆ ਗਿਆ ਜਲਾਲ ਵਾਲਾ ਦੇਖ ਸਾਹਮਣੇ ਉਧਰ ਜੱਸਾ ਹਾਲੈਂਡ ਤੇ ਕਾਂਤਾ ਹਾਲੈਂਡ ਕਹਿੰਦੇ ਵੀ ਜੇ ਅੱਜ ਹਾਲੈਂਡ ਦੀ ਟੀਮ ਜਿੱਤਦੀ ਹੈ ਤੇ 500 ਯੂਰੋ ਸਪੈਸ਼ਲ ਪ੍ਰਾਈਜ਼ ਦਿੱਤਾ ਜਾਊਗਾ 500 ਯੂਰੋ ਸਪੈਸ਼ਲ ਪ੍ਰਾਈਜ਼ ਜਿਹੜਾ ਮੇਰੇ ਵੀਰੋ ਦਿੱਤਾ ਜਾਣਾ ਹੈ ਬਹੁਤ ਸਾਰੇ ਦਾ ਮੈਚ ਬਾਬਾ ਮੱਖਣ ਸ਼ਾਹ ਲਵਾਣਾ ਵੈਲਫੇਅਰ ਟਰੱਸਟ ਵੱਲੋਂ ਸਾਰੇ ਦਰਸ਼ਕਾਂ ਦਾ ਧੰਨਵਾਦ ਔਰ ਫੈਡਰੇਸ਼ਨ ਵੱਲੋਂ ਵੀ ਤੇ ਟਰੱਸਟ ਵੱਲੋਂ ਵੀ ਬੇਨਤੀ ਵੀ ਰੈਫਰੀ ਦਾ ਫੈਸਲਾ ਜਿਹੜਾ ਹੈ ਉਹ ਅੰਤਮ ਹੋਵੇਗਾ ਜਿੰਨੇ ਜਾਫੀ ਜੱਫੇ ਰੋਇਲ ਦੇ ਲਾਉਣਗੇ ਉਹਨੇ ਰਾਇਲ ਸਪੋਰਟਸ ਕਲੱਬ ਬੈਲਜੀਅਮ ਵੱਲੋਂ 100-100 ਦੇ ਮਾਨ ਸਨਮਾਨ ਦਿੱਤੇ ਜਾਣਗੇ 100-100 ਯੂਰੋ ਪਰ ਸੁੱਖਾ ਮੱਕਾ ਨੰਬਰ ਲੈ ਗਿਆ ਸਹੀ ਫਰੈਂਕ ਫੋਰਟ ਵਾਲਿਓ ਖੋਸ਼ਾ ਦਾ ਇੱਕ ਵਾਰੀ ਖੁੱਲ ਕੇ ਤਾੜੀਆਂ ਮਾਰ ਦਿਓ ਜਿਹੜੇ ਸੰਗਤ ਪੂਰੀ ਖੁਸ਼ ਹੈ ਸਵਾਦ ਲੈਂਦੀ ਹੈ ਸੰਗਤ ਕਹਿੰਦੇ ਫਾਈਨਲ ਮੈਚ ਆ ਮੇਰੇ ਪੁੱਤਰੋ ਆਓ ਜੱਸਾ ਕਹਿੰਦੇ ਸੋਨੂੰ ਭਾਨੇ ਦਾ ਪੁੱਤਰ ਵਾਧਾ ਹੋਇਆ ਕਬੱਡੀ ਪਾਉਣ ਦੇ ਲਈ ਮੁਰਲੀ ਕੰਨੀ ਦੇ ਉੱਪਰ ਕਹਿੰਦੇ ਸਿਮਾ ਵੀ ਤਿਆਰ ਬਰ ਤਿਆਰ ਹੈ ਉਹ ਕਹਿੰਦੇ ਪਰਲੋ ਵਰਗੇ ਗੋਪੀ ਵਰਗੇ ਸੀਤੇ ਵਰਗੇ ਰਾਇਲਰ ਨੇ ਕਹਿੰਦੇ ਇੱਕ ਵੱਡੀ ਕੰਧ ਕੱਢੀ ਹੋਈ ਆਈ ਦੇ ਮੇਲੇ ਤੇ ਪਰ ਆਓ ਵੇਖੋ ਗੁੱਡ ਜੱਜਮੈਂਟ ਹੈ ਰੇਟਰ ਦੇ ਹਿੱਸੇ ਜੁੜਦਾ ਹੋਇਆ ਸਾਡੇ ਬਹੁਤ ਸਤਿਕਾਰਯੋਗ ਨੇ ਦਵਿੰਦਰ ਗਰੇਵਾਲ ਜੀ ਘਲੋਟੀ ਵਾਲੇ ਮੱਗੇ ਦੀਆਂ 3 ਕੌਡੀਆਂ ਦੇ ਰਿਪੀ ਕਿੰਨੇ 100 ਯੂਰੋ ਕਹਿੰਦੇ 100 ਯੂਰੋ ਲੱਗ ਗਿਆ ਮੱਗੇ ਦੀਆਂ 3 ਕਬੱਡੀਆਂ ਤੇ 100 ਯੂਰੋ ਦਿੱਤਾ ਜਾਵੇਗਾ ਜੇ ਜੱਫਾ ਲੱਗ ਗਿਆ ਜਾਫੀ ਨੂੰ ਨਹੀਂ ਫਿਰ ਮੱਗੇ ਦੇ ਹਿੱਸੇ ਕਹਿੰਦੇ 100 ਯੂਰੋ ਗੁਰਦਾਸਪੁਰੀਏ ਨਿੱਕੇ ਵੱਲੋਂ ਤੇ ਗੋਲੂ ਲੀਜ਼ ਤੇ ਸੋਨੂੰ ਲੀਜ਼ ਵੱਲੋਂ ਜਿੰਨੇ ਜੱਫੇ ਉਨੇ 50-50 ਦੇ ਮਾਨ ਸਨਮਾਨ ਜਿਹੜੇ ਰੋਇਲ ਵਾਲਿਆਂ ਨੂੰ ਦਿੱਤੇ ਜਾਣਗੇ ਤਰਸੇਮ ਸਿੰਘ ਜੀ ਹੁਜਰ ਸਾਹਿਬ ਦਾ ਧੰਨਵਾਦ ਹੈ ਆਓ ਲੱਖ ਲੱਖ ਦੀ ਢੋਡੀ ਢੋਲਾ ਟਿੱਪੀ ਵਾਲਾ ਟੱਕਿਆ ਗਿਆ ਭੱਜ ਕੇ ਮਾਣ ਕੀਤਾ ਸਾਰੀ ਰਾਇ ਵਾਲੇ ਬਿਕਰਮਜੀਤ ਹੋਣੀ ਭੱਜੇ ਜਾਂਦੇ ਹਰ ਸਿੱਧੂ ਹੋਣੀ ਆਹ ਹੁਣ ਤੇ ਸਾਰੇ ਹੀ ਚੱਲ ਕੇ ਕਹਿੰਦੇ ਮੁੰਡੇ ਨੇ ਸਿਰੇ ਦਾ ਜੱਫਾ ਲਾਇਆ ਮਾਣ
ਜ਼ਰੂਰ ਕਰਨਾ। ਆਹ ਅੰਕਿਤ ਲਾਠ ਕਬੱਡੀ 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 ਜੱਗੀ ਘੰਡਾ ਬੰਨੇ ਵੱਲੋਂ ਐਲਾਨ ਹੈ ਬਿੱਲਾ ਗਲਵ ਤੇ ਨਾਲ ਜੱਗੀ ਭਰਵਾਨ ਮੋੜਾਂ ਵਾਲੀ 21,000 ਦੇ ਮਾਨ ਸਨਮਾਨ ਜਿਹੜੇ 1 ਸਤੰਬਰ ਨੂੰ ਡਿਊ ਸਵਰਗ ਦੇ ਮੇਲੇ ਤੇ ਹੋਣਗੇ। ਘੰਟਾ ਬੰਨੇ ਵਾਲਾ ਜੱਗੀ ਸਾਡਾ ਵੀਰ ਹੈ, ਹੈਰੀ ਹੋਣੀ, ਲੱਖੇ ਹੋਣੀ, ਨਵਪ੍ਰੀਤ ਹੋਣੀ, ਸਾਰੇ ਭਰਾ ਆਓ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਮਿੱਤਰੋ। ਖੁਸ਼ੀ 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 ਕੜਿਆਣੇ ਵਾਲਾ ਉਹ ਕਹਿੰਦੇ ਖੁਸ਼ੀ ਹੈ ਮੇਰੇ ਵੀਰੋ, ਕੜਿਆਣੇ ਵਾਲਾ ਨੰਬਰ ਜੋੜਦਾ ਆਪਣੀ ਰੇਂਜ ਦੇ ਉਹ ਕਹਿੰਦੇ ਪਲਵਿੰਦਰ ਵੀਰ ਹੈ ਸਾਡਾ। ਪਲਵਿੰਦਰ ਕਹਿੰਦਾ ਬਈ ਇਹ ਖੁਸ਼ੀ ਲਗਾਤਾਰ 2 ਕਬੱਡੀਆਂ ਪਾ ਕੇ 2 ਨੰਬਰ ਦਊ ਤਾਂ ਕਹਿੰਦਾ ਪਿਆਂ ਰੋ ਖੁਸ਼ੀ ਕੜਿਆਣੇ ਵਾਲੇ ਲਈ ਪਲਵਿੰਦਰ ਵੱਲੋਂ ਦਿੱਤੇ ਜਾਣਗੇ। ਹੋ ਕਹਿੰਦੇ ਮੱਘਾ ਵਾਧਾ ਹੋਇਆ ਕਬੱਡੀ ਪਾਉਣ ਦੇ ਲਈ ਘਲੋਟੀ ਵਾਲੇ ਦਵਿੰਦਰ ਬਾਈ ਵੱਲੋਂ ਕਹਿੰਦੇ 100 ਐਰੋ ਲੱਗਿਆ ਹੋਇਆ ਮੱਘੇ ਦੀਆਂ 3 ਕੌੜੀਆਂ ਦੇ ਉੱਪਰ ਪਹਿਲੀ ਪੈਂਦੀਆਂ ਕਹਿੰਦੇ ਮੈਦਾਨ ਵਿੱਚ ਪਹਿਲੀ ਪੈਂਦੀ ਹੈ ਮੇਰੇ ਮਿੱਤਰੋ। ਪਹਿਲਾ ਟੱਚ 1 ਕਬੱਡੀ ਤੋਂ ਬਾਅਦ ਜਿਹੜਾ ਰਣਜੀਤ ਸਿੰਘ ਜੀ ਸੈਂਟਰ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਰਣਜੀਤ ਸਿੰਘ ਜੀ ਐਸਨ ਸੈਂਟਰ ਵਾਲਿਆਂ ਦਾ। ਆਓ ਸਾਹਮਣੇ ਖੇਡ ਮੈਦਾਨ ਦਾ ਰੇਸ਼ਮ ਭੱਜਿਆ ਜਾਂਦਾ ਹੈ, ਰੇਸ਼ਮ ਭੱਜਿਆ ਜਾਂਦਾ ਹੈ। ਰਾਜਾ ਵੀਰ ਆ ਸਾਡਾ ਬਹੁਤ ਵਧੀਆ ਰਾਜੂ ਸਾਊਂਡ ਔਰ ਮੰਨੀ ਪਰਮੰਨੀ ਸਾਊਂਡ ਔਰ ਪਰਮਜੀਤ ਸਿੰਘ ਜੀ ਹੁੰਜਨ ਸਾਹਿਬ ਦਾ ਧੰਨਵਾਦ। ਆਹ ਪਹਿਲਾਂ ਜਾਲ ਬਿੱਲਾ ਜਾਲ ਬਿੱਲਾ ਜਾਲ ਤੇ ਕੁਲਦੀਪ ਸਾਥੀ ਨੇ ਯਾਰ ਨੇ ਇੱਕ ਦੂਜੇ ਦੇ ਪੱਕੇ ਅੱਜ ਗਮਾਨਪੁਰੀਆ ਅੱਡੋ ਅੱਡੀ ਗਰਾਊਂਡਾਂ ਦੇ ਵਿੱਚ ਅੱਡੋ ਅੱਡੀ ਕਲਾਬਾਂ ਵਿੱਚ ਖੇਡਦੇ ਹੈ ਗਿੱਧਾ ਗਮਾਨਪੁਰੀਆ ਸਾਡਾ ਵੀਰ ਹੈ ਔਰ ਸਾਹਮਣੇ। ਹਾਂਜੀ ਹਾਂਜੀ ਹਾਫ ਸਮਾਂ ਹੋ ਗਿਆ ਜੀ, ਹਾਫ ਸਮਾਂ ਹਾਫ ਹਾਫ ਸਮਾਂ ਹੋ ਗਿਆ ਜੀ। ਹਾਂਜੀ ਹਾਂਜੀ ਮੁਬਾਰਕਬਾਦ ਹੈ ਕਹਿੰਦੇ ਓਮ ਕੜਿਆਣੇ ਵਾਲੇ ਲਈ ਅਮਨ ਰਹੀਜਾ ਨਾਲ ਕਹਿੰਦੇ ਸਾਡੇ ਸੋਨੀ ਬਟਲਾ ਔਰ ਸਾਡਾ ਰਣਜੀਤ ਸਿੰਘ ਜੀ ਆਈਫੋਨ ਨਾਲ ਕਹਿੰਦੇ ਸਨਮਾਨ ਹੋਵੇਗਾ ਓਮ ਜਿਹੜੇ ਮੇਲੇ ਦੇ ਪ੍ਰਾਪੂ ਆਈਫੋਨ ਨਾਲ ਕਹਿੰਦੇ ਮਾਨਿਆ ਸਨਮਾਨਿਆ ਜਾਵੇਗਾ ਸਾਡਾ ਵੀਰ ਓਮ ਕੜਿਆਣੇ ਵਾਲਾ ਜਿਹੜੇ ਮੇਲੇ ਦੇ ਪ੍ਰਾਪੂਗਾ। ਹਾਂਜੀ ਸਕੋਰ ਖੋਲਦੀ ਹਰਵਿੰਦਰ ਪੰਜਾਬ ਸਪੋਰਟਸ ਕਲੱਬ ਦੇ ਨੰਬਰ ਨੇ 12 ਤੇ ਰੋਇਲ ਸਪੋਰਟਸ ਕਲੱਬ ਬੈਲਜੀਅਮ ਦੇ 20.5 ਮੇਲੇ ਦੇ ਕਹਿੰਦਾ ਵੀ ਇਕੱਠ ਹੋ ਜੂਗਾ। ਆਹ ਵੇਖ ਜਰਮਨੀ ਆਇਆ ਸੀ ਸਵੇਰ ਦੇ ਪਰ ਮਿਲਦਾ ਤੂੰ ਹੋਣਿਆ ਸੋਹਣਿਆ ਸਾਰਿਆਂ ਦਾ ਸਤਿਕਾਰ ਹੈ, ਬਹੁਤ ਬਹੁਤ ਧੰਨਵਾਦ ਹੈ, ਬਹੁਤ ਬਹੁਤ ਮਿਹਰਬਾਨੀ। ਸੈਕਿੰਡ ਹਾਫ ਦੀ ਖੇਡ ਇਸ ਵੇਲੇ ਖੇਡ ਮੈਦਾਨ ਅੰਦਰ ਖੇਡੀ ਜਾ ਰਹੀ ਹੈ। ਸੈਕਿੰਡ ਹਾਫ ਦੀ ਖੇਡ ਬਹੁਤ ਸਾਰੇ ਦਾ ਮੈਚ 12 ਤੇ 20 ਸੈਕਿੰਡ ਹਾਫ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਵੀ ਹਜੇ ਤੇ ਤੀਰ ਕਮਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ, ਹਜੇ ਤੇ ਯਾਰ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ, ਹਜੇ ਤੇ ਤੀਰ ਕਮਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ, ਕੁਝ ਵੀ ਹੋ ਸਕਦਾ ਹੈ। ਹਾਂਜੀ ਸਿੰਘ ਮਾਨ ਔਰ ਸਾਡੇ ਦੀਪੂ ਸੱਚ ਦੀ ਬਾਜੀ ਬਹੁਤ ਸਾਰਾ ਮਾਨ ਜੀ ਨਾਲ ਮੈਨੂੰ ਪੁੱਜੇ ਹੈ, ਬਹੁਤ ਬਹੁਤ ਧੰਨਵਾਦ ਹੈ। ਸੋ ਤੁਹਾਡੇ ਸਾਰਿਆਂ ਦੇ ਵਿੱਚ ਮੇਰੇ ਉਸਤਾਦ ਸਾਹਿਬ ਬੈਠੇ ਹੋਏ ਨੇ ਇੱਥੇ ਭਾਈ ਸਤਿ ਕਰਤਾਰ ਸਿੰਘ ਜੀ, ਸੋ ਬਹੁਤ ਬਹੁਤ ਸ਼ੁਕਰੀਆ ਭਾਜੀ। ਮੈਂ ਜਦੋਂ ਗਾਣਾ ਸ਼ੁਰੂ ਕੀਤਾ ਭਾਈ ਜੀ ਨੇ ਇੱਥੇ ਡਿਊਟੀ ਸੀਗੀ ਇਹਨਾਂ ਦੀ ਗੁਰਦੁਆਰਾ ਸਾਹਿਬ, ਇਹਨਾਂ ਕੋਲ ਮੈਂ ਆਉਂਦਾ ਹੁੰਦਾ ਸੀਗਾ ਜਿੰਨਾ ਕੁ ਟਾਈਮ ਮਿਲਦਾ ਸੀਗਾ। ਨਖਰਾ ਕੁੜਿਆ ਤੇਰਾ ਸਾਰਿਆਂ ਤੋਂ ਅੱਖਣੀ ਸੀਨੇ ਵਿੱਚ ਹੋਲ ਪੈਂਦੇ ਵੇਖ ਤੈਨੂੰ ਤੱਕਣੀ ਉਹ ਪਿੰਡ ਲੈਣ ਵਾਲਾ ਗਿਆ ਬੀਬੀ ਤਿਆਰ ਕੁੜੀਆਂ ਤੈਨੂੰ ਚੋਣਾਂ ਵਾਲੀ ਚੋਣਾਂ ਵਾਲੀ ਜੱਜੇ ਸਲਵਾਰ ਕੁੜੀਏ ਤੈਨੂੰ ਚੋਣਾਂ ਵਾਲੀ। ਇੱਕ ਹੋਰ ਗਾਵਾਂਗੇ ਇੱਕ ਗੱਲ ਇੱਦਾਂ ਵੀ ਜਿੱਦਾਂ ਪੰਜਾਬ ਪੁਲਿਸ ਦੇ ਵਿੱਚ ਹਨਾ ਚੋਲ ਮੋਲ ਹੋ ਜਾਂਦਾ ਉਹ ਵੀ ਲਿਖਿਆ ਹੋਇਆ ਕੁੜੀ ਕਹਿੰਦੀ ਸੱਤ ਬੈਂਡ ਮੇਰੇ ਮੈਂ ਵੀ ਕੀਤੀ ਸੀ ਤਿਆਰੀ ਭੂਆ ਰਿਸ਼ਤਾ ਲਿਆਈ ਮੁੰਡਾ ਜੋਬ ਕਰੇ ਸਰਕਾਰੀ
ਹੋ ਮੈਂ ਤਾਂ ਕਰਤੀ ਸੀ ਨਾ ਭਾਬੀ ਕਹਿੰਦੀ ਕਰ ਹਾਂ ਮੇਰੇ ਸੁਪਨੇ ਦਾ ਮੈਲ ਸੀਗਾ ਟਹਿ ਗਿਆ ਹੋ ਮਾਪੇ ਕਹਿੰਦੇ ਕੁੜੀ ਸੀਗੀ ਭੇਜਣੀ ਕਨੇਡਾ ਤਾਂ ਮੈਂ ਕਮਾ ਪੁਲਿਸ ਕਿੱਥੋਂ ਪੱਲੇ ਪੈ ਗਿਆ ਫਿਰ ਮੁੰਡਾ ਕਹਿੰਦਾ ਨੀ ਤੇਰੇ ਕਾਲਜ ਦੇ ਮੂਹਰੇ ਮੇਰਾ ਨਾਕਾ ਹੁੰਦਾ ਸੀ ਤੈਨੂੰ ਚੋਰੀ ਵੇਖਣੇ ਦਾ ਮੈਨੂੰ ਝਾਕਾ ਹੁੰਦਾ ਸੀ ਉਹ ਖਾਕੀ ਪੱਗ ਨਾਲ ਖਾਕੀ ਚੁੰਨੀ ਖੈ ਗਈ ਨੀ ਪੈਰ ਨਾ ਪਿੱਛੇ ਨੂੰ ਪੱਟੂਗਾ ਆਪਣੀ ਆਈ ਤੇ ਕਿਤੇ ਆਇਆ ਮੈਂ ਕਮਾ ਸੋਰੇ ਸੋਲੇ ਦਾ ਚਲਾਣ ਸੱਸ ਸਣੇ ਕੱਟੂਗਾ ਤੋ ਆਪਣੀ ਆਈ ਤੇ ਕਿਤੇ ਆਇਆ ਮੈਂ ਕਮਾ ਸੋਰੇ ਸੋਲੇ ਦਾ ਚਲਾਣ ਸੱਸ ਸਣੇ ਕੱਟੂਗਾ ਸੋ ਵਧੀਆ ਲੱਗਾ ਜੀ ਤਾੜੀ ਲਾਵੇ ਇੱਕ ਗਾਣਾ ਆਪਣਾ ਛੱਡ ਪੁੱਤਾ ਡਾਲਰਾਂ ਨੂੰ ਬਹੁਤ ਵਧੀਆ ਨਾ ਫੇਮਸ ਹੋਇਆ ਜਿਸ ਕਹਿੰਦਾ ਬੇਬੇ ਤੇਰਾ ਪੁੱਤ ਪਿੰਡ ਵਾਪਸ ਆ ਰਿਹਾ ਤੇ ਉਹਦਾ ਇੱਕ ਬੋਲ ਸੁਣਾ ਦਿੰਦਾ ਕੋਈ ਗੱਲ ਭੁੱਲ ਗਿਆ ਅੱਜ ਕਦੇ ਵਿਹੜੇ ਚ ਖਡਾਉਂਦੀ ਸੀ ਡਿੱਗ ਪੈਣਾ ਚੁੱਕ ਤੈਨੂੰ ਗਲ ਨਾਲ ਲਾਉਂਦੀ ਸੀ ਉਹ ਅੱਜ ਰੱਖੇ ਨਾ ਖਿਆਲ ਉਸ ਮਾਂ ਦਾ ਵਿੱਚ ਨੇ ਛੇਤੀ ਹੀ ਚੜਾਈਆਂ ਚੜ ਜਾਣਾ ਆ ਉਹ ਛੱਡ ਪੁੱਤਾ ਡਾਲਰਾਂ ਨੂੰ ਆ ਜਾ ਪਿੰਡ ਛੇਤੀ ਮੇਰਾ ਪਤਾ ਨੀ ਕਦੋਂ ਮੈਂ ਮਰ ਜਾਣਾ ਆ ਓਏ ਛੱਡ ਪੁੱਤਾ ਡਾਲਰਾਂ ਨੂੰ ਆ ਜਾ ਪਿੰਡ ਛੇਤੀ ਤੇ ਜਦੋਂ ਪਿੰਡ ਜਾਂਦਾ ਕਹਿੰਦਾ ਬੇਬੇ ਤੇਰਾ ਪੁੱਤ ਪਿੰਡ ਆ ਰਿਹਾ ਉਹ ਚੜਿਆ ਬੇਬੇ ਨੂੰ ਚਾ ਪੁੱਤ ਪਿੰਡ ਆਉਣਾ ਏ ਏਅਰਪੋਰਟ ਉੱਤੇ ਮੇਰੇ ਯਾਰਾਂ ਲੈਣ ਆਉਣਾ ਏ ਫਾਈਨਲ ਮੈਚ ਦੀਆਂ ਦੋਨੇ ਟੀਮਾਂ ਨੂੰ ਬੇਨਤੀ ਹੈ ਕਰਕੇ ਕਮਾਈਆਂ ਮੁੜਿਆ ਜਲਦੀ ਜ਼ਿੰਦਗੀ ਦੇ ਤੇਰੇ ਮੈਂ ਹਰਾਉਣਿਆ ਹੋ ਲੱਭਣੇ ਨਹੀਂ ਮੁੜ ਕੇ ਮਾਵਾਂ ਦੇ ਪਿਆਰ ਸਾਰੀ ਜ਼ਿੰਦਗੀ ਹੀ ਡਾਲਰ ਹੋਣੀ ਸੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਬਹੁਤ ਬਹੁਤ ਕੋਈ ਤਾਂ ਸੱਚ ਮਿਲਿਆ ਨਾ ਮਿਹਨਤਾਂ ਜੋ ਕਰਦੇ ਤਾਂ ਵੀ ਤਾਂ ਵੇਖਿਆ ਕਿ ਜਿਹੜਾ ਵੇਖ ਕੇ ਨਹੀਂ ਜ਼ਰਦੇ ਆ ਸਾਡੀ ਤਾਂ ਦੁਆ ਰੱਬ ਸਾਰਿਆਂ ਨੂੰ ਦੇਵੇ ਉਹ ਸਾਡੀ ਤਾਂ ਦੁਆ ਰੱਬ ਸਾਰਿਆਂ ਨੂੰ ਦੇਵੇ ਜਿੰਨੇ ਦਾਲ ਰੋਟੀ ਸਾਡੀ ਵੀ ਚੱਲਾਈ ਹੋਈ ਆ ਚਾਰੇ ਪਾਸੇ ਪਾ ਦਿਓ ਚਾਰੇ ਪਾਸੇ ਪਾ ਦਿਓ ਅਭੀ ਜੀਓ ਪੰਜਾਬੀ ਡਚਲੈਂਡ ਕਰਵਾਈ ਹੋਈ ਆ ਚਾਰੇ ਪਾਸੇ ਪਾ ਦਿਓ ਅਭੀ ਜੀਓ ਪੰਜਾਬੀ ਜਰਮਨ ਜਰਮਨ ਕਰਵਾਈ ਹੋਈ ਆ ਓ ਕਲੀਕ ਨੇ ਕੀ ਓ ਕਲੀਕ ਨੇ ਕੀ ਏ ਕਲੀਕ ਨੇ ਕੀ ਓ ਕਲੀਕ ਨੇ ਕੀ ਸਾਨੂੰ ਯਾਦ ਕਰਨਾ ਸਾਡਾ ਦੋਨਾਂ ਪਾਸੇ ਵਸਦਾ ਪੰਜਾਬ ਜੀ ਇਦਾਂ ਸਾਂਝੀਆਂ ਤਿਉਹਾਰ ਸਾਡੇ ਸਾਂਝੇ ਨੇ ਆਪਾਂ ਰਲ ਕੇ ਮਨਾਉਂਦੇ ਆ ਜਨਾਬ ਜੀ ਆਪਾਂ ਰਲ ਕੇ ਮਨਾਉਂਦੇ ਆ ਜਨਾਬ ਜੀ ਇੰਡੀਅਨ ਬਾਜ਼ਾਰ ਸਾਂਝਾ ਖੁੱਲ੍ਹੇ ਡੋਰ ਸੋਨਾ ਫੂਡ ਵਾਲੇ ਸਾਡੇ ਕਿੰਗ ਨੇ ਸਟੋਰ ਨੱਥ ਯੂਰੋ ਨੂੰ ਪੰਜਾਬੀਆਂ ਨੇ ਹਰੀਆ ਉਹ ਚਾਰੇ ਪਾਸੇ ਪਾ ਦੇਣਾ ਚਾਰੇ ਪਾਸੇ ਪਾ ਦਿਓ ਬੋਲੀ ਦੀ ਉਹ ਪੰਜਾਬੀ ਡਚਲੈਂਡ ਕਰਵਾਈ ਹੋਈ ਆ ਚਾਰੇ ਪਾਸੇ ਪਾ ਦਿਓ ਅਭੀ ਦੀ ਉਹ ਪੰਜਾਬੀ ਜਰਮਨ ਜਰਮਨ ਕਰਵਾਈ ਹੋਈ ਥੈਂਕ ਯੂ ਸੋ ਮਚ ਭਾਈ ਆ ਦੂਜੀ ਵੇਲ ਆ ਦੂਜੀ ਵੇਲ ਲੱਕੀ ਦੇ ਨਾਲ ਜਗਰੂਪ ਸਿੰਘ ਕੋਲਨ ਗੁਰਮੇਲ ਸਿੰਘ ਗੁਰਨਾਮ ਸਿੰਘ ਗਾਣਾ ਗੱਜਰ ਸਿੰਘ ਪਟਵਾਲੀਆ ਮਾਤਰ ਕਲਾਂ ਸਿੰਘ ਚਰਨ ਸਿੰਘ ਠਾਰ ਅਨੂਪ ਸਿੰਘ ਘੋਤਰਾ ਓਮ ਦੋ ਰੇਡਾਂ ਪੈ ਗਈਆਂ ਦਵਿੰਦਰ ਸਿੰਘ ਜੀ ਘਲੋਟੀ ਵੱਲੋਂ 100 ਯੂਰੋ ਦੀਆਂ ਔਰ ਬਹੁਤ ਫਸਵਾਂ ਮੈਂ ਤਾਂ ਸੈਕਿੰਡ ਆਪਣੀ ਖੇਡ ਸਿੰਮਾ ਪੱਕੜ ਹੈ ਹੁਣ ਮਨਾਊ ਕਿ ਨਹੀਂ ਪਾਰਾ ਰੇਸ਼ਮ ਦੀ ਜਾਨ ਹੈ ਰੇਸ਼ਮ ਦੀ ਜਾਨ ਹੈ ਜੇਵਲ ਸਿੰਘ ਜੀ ਮੁਲਤਾਨੀ
ਸਤਨਾਮ ਮੁਲਤਾਨੀ, ਧੰਨਵਾਦ ਜੀ। ਪਲੀਜ਼ ਹੁਣ ਗੱਲ ਕਰ ਲਈਏ ਆਪਾਂ ਕਬੱਡੀ ਦੀ। ਲਾ ਖੁਸ਼ੀ ਕਰਿਆਣੇ ਵਾਲਾ ਪਰਦੇ ਅੰਦਰਲੇ ਪਾਸੇ ਥਾਪੀ ਮਾਰੀ ਹੈ ਕਿ ਲੋਹੇ ਵਰਗੇ ਪੱਟਾਂ ਉੱਤੇ ਮਾਰ ਬੋਲੀ ਥਾਪੀ। ਇੱਕ ਪਾਸੇ ਨੇ ਰੇਡਰ ਮਿੱਤਰੋ, ਦੂਜੇ ਪਾਸੇ ਜਾਫੀ ਵੇਚੇ ਪੈਗੇ ਨਾਲ ਬਗਾਉਂਦੇ ਯਾਰ, ਖੁਰਾਕਾਂ ਖਾਧੀਆਂ ਦੇ ਕਬੱਡੀ ਕਬੱਡੀ ਕਰਦੇ ਫਿਰਦੇ ਯਾਰ ਉਹ ਪੁੱਤ ਪੰਜਾਬੀਆਂ ਦੇ। ਲਓ ਕਬੱਡੀ ਕਬੱਡੀ ਦਾ ਲਾਭ ਛੁੜਿਆ ਹੈ ਉਧਰਲੇ ਪਾਸੇ, ਕਹਿੰਦੇ ਨੌਜਵਾਨ ਪਲੇਅਰਾਂ ਵਾਲਾ ਸੀਤਾ ਇਸੇ ਕਹਿੰਦੇ ਸ਼ਿਕਾਰ ਆਇਆ ਪਰ ਬਾਹਰ ਸ਼ੀਪਾ ਪਲੇਅਰਾਂ ਵਾਲਾ ਨਹੀਂ ਜੱਫਾ ਲਾ ਸਕਿਆ। ਸਾਹਮਣੇ ਅੰਕਿਤ ਲਾਠ ਇੱਕ ਲੱਖਾਂ ਜਿਹਾ ਨੰਬਰ ਆਪਣੀ ਟੀਮ ਲਈ ਜੋੜ ਗਿਆ, ਪੁਆਇੰਟ ਦਾ ਵਾਧਾ ਕਰ ਗਿਆ। ਉਧਰ ਝੰਡੇ ਜਾ ਕੇ ਰੋਇਲ ਸਪੋਰਟਸ ਕਲੱਬ ਦੇ ਵੀਰ ਕਹਿੰਦੇ ਖੁਸ਼ੀ ਮਨਾ ਰਹੇ ਆ, ਪਰ ਦੇਖਣਾ ਵੀ ਕਿਹੋ ਜਿਹਾ ਪ੍ਰਦਰਸ਼ਨ ਹੋਵੇਗਾ। ਥੋੜਾ ਵੀਰ ਇਧਰਲੇ ਪਾਸੇ ਬੈਠ ਜਾਣ, ਭਾਂਡੇ ਵਾਲਾ ਜੱਸਾ, ਭਾਂਡੇ ਵਾਲਾ ਜੱਸਾ ਤੇ ਗੋਪੀ ਜਠੌਲ, ਭਾਂਡਾ ਭਾਂਡਾ ਤੇ ਗੋਪੀ, ਗੋਪੀ ਜਠੌਲ ਕੋਈ ਗਰਾਊਂਡ ਨਾ ਆਵੇ ਬਾਈ, ਹੱਥ ਬੰਨ ਕੇ ਬੇਨਤੀ ਆ। ਸੋਨੀ ਭਾਜੀ, ਸੋਨੀ ਭਾਜੀ ਦੋ ਜੱਫੇ ਸੀਤੇ ਦੇ 50 ਰੁਪਏ ਹੋਣਗੇ ਦੀਪੂ ਸਤਦੇਵਾ ਵੱਲੋਂ, ਬਹੁਤ ਬਹੁਤ ਧੰਨਵਾਦ ਹੈ। ਸੋ ਥੋੜਾ ਕੰਟਰੋਲ ਕਰੀਏ, ਥੋੜਾ ਆਪਾਂ ਸਿਸਟਮ ਨੂੰ ਬਣਾਈਏ। ਆਓ ਸਾਹਮਣੇ ਅਗਲੀ ਕਬੱਡੀ ਮੇਰੇ ਮਿੱਤਰੋ, ਸੱਖੇ ਮੱਗੇ ਦੀ ਤੀਜੀ ਕਬੱਡੀ ਦਵਿੰਦਰ ਘਲੋਟੀ ਵੱਲੋਂ ਸਾਰੋ ਵੀ ਪੈ ਗਈ। ਜੇ ਜੱਫਾ ਲੱਗ ਗਿਆ ਜਾਫੀ ਦਾ, ਜੇ ਰੇਡਰ ਲੱਗ ਗਿਆ ਰੇਡਰ ਨੂੰ ਮਾਨ ਸਨਮਾਨ ਮੇਰੇ ਮਿੱਤਰੋ। ਆਓ ਸਾਹਮਣੇ ਲੱਗਿਆ ਮੈਂ ਜ਼ੋਰ ਮੁਕਾਬਲਾ ਸੱਤ ਕੁੰਡੀਆਂ ਦੇ ਸਿਰ ਫਸਣ ਨਾਲ ਵੱਡੀ ਗੱਲ ਵਾਹ। ਦਵਿੰਦਰ ਸਿੰਘ ਘਲੋਟੀ ਬਾਜੇ ਹੈ ਮਹਾਨ ਕਬੱਡੀ ਖਿਡਾਰੀ ਦਾ ਭਰਾ, ਇਹ ਮਾਣ 50 ਯੂਰੋ ਸੁੱਖੇ ਮੱਗੇ ਦੇ ਲਈ ਜੇ ਰੇਡ ਲਿਆ ਤੇ 50 ਯੂਰੋ ਤੇ ਜਿਹੜੇ ਉਹਦੇ ਲਈ ਆਉਣਗੇ ਨਾ ਜੀ, ਬਹੁਤ ਬਹੁਤ ਧੰਨਵਾਦ। ਲਾਗਲੀ ਕਬੱਡੀ ਬਿੱਲਾ ਚਾਹ ਰਜਿੰਦਰ ਸਿੰਘ ਘਲੋਟੀ ਕਸਟਮਰ ਲਈ ਸੱਦੇ ਵੀ ਦੇ ਰਿਹਾ ਹੈ, ਮਾਣ ਕਰ ਰਹੇ ਨੇ ਖਿਡਾਰੀ ਦਾ ਸਾਰੇ ਵੀ ਰਾਏ ਧੰਨਵਾਦ। ਲਓ ਸੋਮੀ ਸ਼ੀਸ਼ਾ ਦਾਲ ਵਾਲਾ ਖੂਨ ਚ ਕਬੱਡੀ ਹੈ, ਬਾਪ ਨੇ ਤਕੜੀ ਕਬੱਡੀ ਖੇਡੀ ਕਿ ਹਰ ਇੱਕ ਪਿਓ ਚਾਹੁੰਦਾ ਹੈ ਨਸ਼ਿਆਂ ਤੋਂ ਦੂਰ ਰਹਿਣ ਪੁੱਤ ਮੇਰੇ ਬੰਨ ਬੰਦੇ ਅਫਸਰ ਨੇ ਸਰਾਈ ਬੱਲੇ 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 ਸਾਹਮਣੇ ਖੁਸ਼ੀ ਹੈ ਜੀਤੇ ਬਾਬੇ ਹੋਣਾ ਨੇ, ਚੀਮੇ ਹੋਣਾ ਨੇ, ਸਾਰੇ ਭਰਾਵਾਂ ਨੇ, ਦੀਪੂ ਹੋਣਾ ਨੇ, ਜਸਪਰ ਹੋਣਾ ਨੇ, ਮਾਣ ਕੀਤਾ ਗੋਲੂ ਕਮਲ ਹੋਣਾ ਨੇ, ਸਤਿਕਾਰ ਕੀਤਾ ਜਾ ਰਿਹਾ ਹੈ ਕਬੱਡੀ ਦੇ ਖਿਡਾਰੀਆਂ ਦਾ, ਬਹੁਤ ਬਹੁਤ ਧੰਨਵਾਦ ਹੈ। ਔਰ ਸਾਹਮਣੇ ਅਗਲੀ ਕਬੱਡੀ ਨੌਜਵਾਨ ਪਲੀਜ਼ ਆਪਣੀ ਗਰਾਊਂਡ ਦੇ ਵਿੱਚ ਨਾ ਆਈਏ ਤੇ ਬਹੁਤ ਚੰਗੀ ਗੱਲ ਹੋਊਗੀ।
ਬੇਨਤੀ ਹੈ ਜੀ ਲਾਸਟ ਮੈਚ ਆ ਗਰਾਊਂਡ ਦੇ ਵਿੱਚ ਨਾ ਆਈਏ ਤਾਂ ਬੜੀ ਚੰਗੀ ਗੱਲ ਹੋਊਗੀ। ਸਾਡੇ ਜਗਰਾਜ ਸਿੰਘ ਗਿੱਲ ਟਰਾਂਸਪੋਰਟ ਜਰਮਨ ਵਾਲੇ ਫਰੈਂਕਫਰਟ ਵਾਲੇ ਮਦਨੀਪੁਰ ਪਿੰਡ ਹਜਣਾ ਦਾ ਸੋਨੀ ਸਿੰਘ ਦਾ ਜੱਫਾ ਲਾਵੇਗਾ 50,000 ਦਿੱਤੇ ਜਾਣਗੇ 50,000 ਸਾਡੇ ਵੀਰ ਵੱਲੋਂ ਜਗਰਾਜ ਗਿੱਲ ਟਰਾਂਸਪੋਰਟ ਸਾਡੇ ਵੀਰ 50,000 ਦੇਣਗੇ। ਕੁਲਵੰਤ ਸਿੰਘ ਨਿਰਮਲ ਸਿੰਘ ਕੁਲਵਿੰਦਰ ਸਿੰਘ ਆਹ ਪੁਆਇੰਟ ਕੀ ਆ ਮਨਜੋਤ ਸਿੰਘ ਸੱਜਣ ਸਿੰਘ ਹਰੇਕ ਦਿਸ਼ੇ ਤੇ ਦੋ ਪਾਸਿਓ 20-20 ਜਰੋ ਸਾਬੀ 62 ਸਾਡਾ ਵੀਰ ਹੈ ਰਾਜ ਭਾਈ ਆ ਨੰਬਰ ਕੀ ਦਾ ਜੀ ਹੋਲਡ ਹੈ ਇਹ ਫਿਰ ਹੋਲਡ ਹੋ ਗਿਆ ਪਾਣੀ ਗਰਾਊਂਡ ਦੇ ਵਿੱਚ ਕੋਈ ਨਾ ਕਰ ਦਿਓ ਪਾਣੀ ਜਿਹਦੀ ਡਿਊਟੀ ਹੈ ਪਲੀਜ਼ ਪਾਣੀ ਜ਼ਰੂਰ ਕੋਈ ਨਾ ਕਰ ਦਿਓ ਬੜੀ ਮਿਹਰਬਾਨੀ ਹੋਊਗੀ ਸਰਦਾਰ ਕੇਵਲ ਸਿੰਘ ਜੀ USA ਵਾਲੇ ਵੱਡਾ ਮਾਣ ਕਰਦੇ ਹਾਂ USA ਤੋਂ ਪੁੱਜਿਆ ਧੰਨਵਾਦ ਆਓ ਸਾਹਮਣੇ ਅਗਲੀ ਕਬੱਡੀ ਅੰਕਿਤ ਲਾਠ ਦੀ ਅੰਕਿਤ ਲਾਠ ਚਾਰ ਨੇ ਕਾਕਿਆ ਉਹ ਝੜ ਵਾਲਿਆ ਚੇਸ ਕਰਨਾ ਤੇ ਹੁਣ ਸਮਾਂ ਨਾ ਜਾਂਦਾ ਆਹ ਸਮੇਂ ਮੁਕਾਬਲਾ ਸਕਦਾ ਇੱਕ ਪਾਸੇ ਸੋਨੀ ਤੇ ਦੂਜੇ ਪਾਸੇ ਅੰਕਿਤ ਲਾਠ ਨੰਬਰ ਲੈ ਗਿਆ ਸੁੱਖੇ ਮੱਗੇ ਦੇ ਲਈ ਹਰਸ਼ਪਾਲ ਸਿੰਘ ਜੀ ਭੁੱਲਰ ਕਹਿੰਦੇ ਵੀ ਜਦੋਂ ਰੇਡ ਪਾਊਗਾ ਜੇ ਲੈ ਨੰਬਰ ਤੇ 50 ਆਉਂਦੇ ਤੇ ਨਹੀਂ ਪੱਪੂ ਕੰਡੀਲੇ ਦੇ ਵੀ ਇਧਰਲੇ ਪਾਸੇ ਆਹ ਦੇਖਦੇ ਵੀ ਇਸ ਇਧਰਲੇ ਪਾਸੇ ਨੌਜਵਾਨ ਬਲੇਰਾ ਵਾਲਾ ਉਹ ਰਣਜੀਤ ਸਿੰਘ ਹਸਲ ਸੈਂਟਰ ਵਾਲੇ ਧੰਨਵਾਦ ਕਰਦੇ ਵੱਡਾ ਮਾਨ ਕਰ ਤੂੰ ਦਾ ਕੀਤਾ ਆਹ ਬਲੇਰਾ ਵਾਲਾ ਪਰ ਸਾਹਮਣੇ ਲਾਲ ਗੱਬਰੂਆ ਸਪੋਰਟਸਮੈਨਸ਼ਿਪ ਦਿਖਾਈ ਹੈ ਲਾ ਇਧਰਲੇ ਪਾਸੇ ਰਾਣ ਵਾਲੇ ਜਿੰਨੇ ਜਾਫੀ ਜੱਫੇ ਲਾਉਣਗੇ ਹਰੇਕ ਜੱਫੇ ਦਾ ਪਿਆਰ ਉਹ ਸਾਡੇ ਵੀਰ ਨਿੱਕਾ ਗੁਰਦਾਸਪੁਰ ਵੱਲੋਂ ਦਿੱਤਾ ਜਾਊਗਾ ਨਾਲ ਕਮਲ ਗੁਰਦਾਸਪੁਰ ਆ ਦੀਪੂ ਸਚਦੇਵਾ ਗੁਰੂ ਭਰਾਣਾ ਵੱਲੋਂ ਉਧਰ ਸਾਰੇ ਵੀਰ ਅਮਨ ਰੇਜਾ ਰਿੰਕੂ ਸਪਰਾ ਬਾਲ ਸੰਧੂ ਮੰਗਾ ਦਵਾਲ ਔਰ ਸਾਡੇ ਕਹਿੰਦੇ ਧੰਨਵਾਦ ਕਰਦੇ ਹਾਂ ਆਤਿਬ ਯਕੂਬ ਚੀਮਾ ਦੀ ਮਾਣ ਕਰ ਰਿਹਾ ਖਿਡਾਰੀਆਂ ਦਾ ਧੰਨਵਾਦ ਉਧਰ ਕਦੇ ਉੱਤੇ ਕਦੇ ਥੱਲੇ ਕਦੇ ਕੋਈ ਬੱਲੇ ਹਰਸ਼ਪਾਲ ਸਿੰਘ ਜੀ ਭੱਜ ਕੇ ਲੈ ਜਾ ਮਾਣ ਦੇ ਗੱਫੇ ਆਪ ਹੀ ਪੁੱਜਦੇ ਕਰਦੇ ਆ ਪੱਪੂ ਕੰਡੀਲੇ ਦੇ ਵੀਰ ਨੇ ਹਰਸ਼ਪਾਲ ਸਿੰਘ ਜੀ ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਕਾਕਿਆ ਆ ਫੜਾਈ ਨੂੰ ਮੰਨ ਗਏ ਨੌਜਵਾਨਾਂ ਜੱਫਾ ਚਾਹੇ ਨਹੀਂ ਲੱਗਿਆ ਪਰ ਜਿਹੜੇ ਕਬੱਡੀ ਨੂੰ ਪੜੀ ਬੈਠੇ ਆ ਨਾ ਜਿਹੜੇ ਜਾਣਕਾਰ ਆ ਕਬੱਡੀ ਦੇ ਉਹਨਾਂ ਲਈ ਤੂੰ ਰੂਹ ਖੁਸ਼ ਕਰ ਦਿੱਤੀ ਇੱਕ ਪਾਸੇ ਸਿਮਾ ਔਰ ਦੂਜੇ ਪਾਸੇ ਕਿੜਿਆਣੇ ਵਾਲਾ ਤੇ ਆਹ ਰੇਡਰ ਦਾ ਉਹ ਜਰਮਨ ਵਾਲਿਓ ਖੁਸ਼ ਹੋ ਕੇ ਨਹੀਂ ਫਿਰ ਸਾਧ ਕੇ ਸਾਰਾ ਮੇਲਾ ਤੂੰ ਲੁੱਟਿਆ ਤੈਨੂੰ ਵੀ ਕਿਸੇ ਨੇ ਲੁੱਟ ਲੈਣਾ ਲਓ ਸਾਹਮਣੇ ਪਈ ਹੋਈ ਕਬੱਡੀ ਇਸ ਵੇਲੇ ਮੈਦਾਨ ਵਿੱਚ ਕੀ ਫੈਸਲਾ ਤੱਕੜ ਖੀਰਾ ਅਮਲ ਦੀ ਉਂਗਲ ਖੜੀ ਹੈ ਇਹ ਬਿੱਲਾ ਜਾਲ ਆਪਣੀ ਟੀਮ ਦੇ ਲਈ ਕਹਿੰਦੇ ਪਾਣ ਦਾ ਵਾਅਦਾ ਕਰਦਾ ਹੋਇਆ ਓਮ ਜੀ ਅੱਧਾ ਮਿੰਟ ਹੀ ਦਿਓ ਪਲੀਜ਼ ਪਾਣੀ ਮੁੱਕਿਆ ਹੋਇਆ ਜਲਦੀ ਦੇ ਨਾਲ ਪਾਣੀ ਪੁੱਜਦਾ ਕਰ ਦਿਓ ਪਾਣੀ ਉਧਰ ਜਸਪਾਲ ਸਿੰਘ ਜੀ ਤਾਰਪੁਰ ਇੱਧਰ ਬਖਸ਼ੀਰ ਸਿੰਘ ਜੀ ਤਰਨਾ ਵੱਡੀਆਂ ਸ਼ਖਸੀਅਤਾਂ ਨੇ ਵਜ਼ੀਰ ਭਾਜੀ ਉਹਨਾਂ ਦਾ ਸੱਤ ਭਾਜੀ ਉਹਨਾਂ ਦਾ ਪੰਮੇ ਢੇਸੀ ਉਹਨਾਂ ਦਾ ਪੌਵੀ ਪਾਠ ਉਹਨਾਂ ਦਾ ਪਿੰਕੀ ਪਾਲੀਏ ਹੋਣਾ ਦਾ ਜਿੰਦਰਪਾਲ ਖੱਲਾ ਹੋਣਾ ਦਾ ਬਕਾਰ ਪੱਲ ਹੋਣਾ ਦਾ ਮੇਰੇ ਵੀਰੋ ਬਿੱਟੂ ਚਾਲ ਹੋਣਾ ਦਾ ਗੋਗੇ ਵੀਰ ਹੋਈ ਜੁੜੇ ਹੋਣਗੇ ਅੱਜ ਵੇਖਦੇ ਹੋਏ ਸਾਡੀ ਟੀਮ ਨਹੀਂ ਅੱਫਾ ਲਾ ਸਕਿਆ ਪਾਠ ਕਹਿੰਦੇ ਭਾਣੇ ਵਾਲਾ ਵੀਡੀ ਥੋੜਾ ਬਾਹਰ ਹੋ ਰਹੀ ਹੈ ਆਪਾਂ ਜਦੋਂ ਜੱਫਾ ਲਾ ਗਿਆ ਮੈਂ ਤੁਹਾਨੂੰ ਬੁਲਾ ਲਊਗਾ ਨਾਲ ਹੀ ਨਾਮ ਅਨਾਊਂਸ ਕਰ ਦੂੰਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਉੱਧਰ ਦਿੱਕਤ ਆ ਰਹੀ ਹੈ ਹਾਂਜੀ ਕੁਲਵੰਤ ਸਿੰਘ ਜੀ ਨਿਰਮਲ ਸਿੰਘ ਜੀ ਰਵਿੰਦਰ ਸਿੰਘ ਜੀ ਬੋਲਾਂ ਤੋਂ ਖੁਸ਼ ਹੋ ਗਏ ਵੱਡੇ ਮਾਣ ਲਓ ਅੰਕਿਤ ਲਾਠ
ਪਰ ਦੂਜੇ ਪਾਸੇ ਸ਼ਿਕਾਰਾਂ ਵਾਲਾ ਇਸ ਵੇਲੇ ਮੈਦਾਨ ਵਿੱਚ ਕਹਿੰਦੇ ਕੁਲਦੀਪ ਆਹ ਦੇਖੋ ਅਗਲੀ ਕਬੱਡੀ ਏਦਾਂ ਹੀ ਲੱਗਦੀ ਯਾਰ ਅਗਲੀ ਕਬੱਡੀ ਲਾਗਲੇ ਘਰਾਂ ਦੇ ਵਿੱਚ ਕਹਿੰਦੇ ਆਵਾਜ਼ਾਂ ਜਾ ਰਹੀਆਂ ਮੇਰੇ ਵੀਰੋ ਵੀ ਕੀ ਹੋ ਰਿਹਾ ਪੰਜਾਬੀਆਂ ਦੀ ਖੇਡ ਕਬੱਡੀ ਦਾ ਖਿੜਿਆ ਹੋਇਆ ਗੁਲਾਬ ਦਾ ਫੁੱਲ ਉਂਗਲ ਖੜੀ ਮੁੰਡੇ ਦੀ ਦੱਸਦੀ ਦੁੱਧ ਪੀਂਦਾ ਬੋਰੀਆਂ ਦਾ ਇੱਧਰ ਵੀ ਜੋਸ਼ ਹਨ ਖੁਸ਼ ਹੈ ਭਰਾ ਚੰਗਾ ਦਿਓਲ ਜੀ ਖੁਸ਼ ਨੇ ਉਧਰ ਸਾਰੇ ਵੀਰ ਖੁਸ਼ ਨੇ ਰਿੰਕੂ ਸਬਰਾ ਬਾਦ ਸਾਡਾ ਵੀਰ ਹੈ ਸੋਨੀ ਬਠਲਾ ਔਰ ਉਧਰ ਅਮਨ ਰੇਜਾ ਹੈ ਸਾਰਾ ਬਾਤ ਧੰਨਵਾਦ ਹੈ ਉਧਰ ਕਹਿੰਦੇ ਵੀ ਪਈ ਹੋਈ ਕਬੱਡੀ ਉੱਤੇ ਕਹਿੰਦੇ ਮਾਝੇ ਨੇ ਮਜਾਲ ਭਿੜ ਗਏ ਕਬੱਡੀ ਸਵਾਦ ਆ ਗਿਆ ਕਿਆ ਬਾਤ ਹੈ ਸਾਰੇ ਫਰਾਂਸ ਸਪੋਰਟਸ ਕਲੱਬ ਬੈਲਡੀ ਵੱਲੋਂ ਬਿੱਲੇ ਲਈ ਉਹ ਫਰੈਂਕਫੋਰਟ ਵਾਲਿਓ ਖੁਸ਼ ਹੋ ਕੇ ਨਹੀਂ ਫਿਰ ਰਮੀ ਸਿੰਘ ਸੰਧੂ ਜਿਵੇਂ ਕਹਿੰਦੇ ਹੁਣ ਉਹ ਵੀ ਗੱਲ ਸਿਰੇ ਲੱਗੀ ਪਈ ਹੈ ਹਰਪ੍ਰੀਤ ਸਿੰਘ ਸ਼ਮੀ ਜਿੱਤੇ ਬਾਬੇ ਸਿਰੇ ਲੱਗੀ ਪਈ ਹੈ ਹਰਪ੍ਰੀਤ ਸਿੰਘ ਸ਼ਮੀ ਬਾਬੇ ਵੱਲੋਂ ਬਿੱਲੇ ਦੀਆਂ ਦੋ ਰੇਡਾਂ ਸਾਇਰ ਹੋਈਆਂ ਹੋਣਗੀਆਂ ਜੀਤਾ ਬਾਬਾ ਬੈਲਜੀਅਮ ਵਾਲਾ ਮੇਰੇ ਮਿੱਤਰੋ ਪਰ ਸਾਹਮਣੇ ਰਾਜ ਕਕਰਾਲੇ ਵਾਲੇ ਨੇ ਫੈਸਲਾ ਕਰਤਾ ਮਹਾਨ ਖਿਡਾਰੀਆਂ ਦਾ ਪਿੰਡ ਹੈ ਟੀਜੇ ਹੋਣੀ ਬੱਬੂ ਹੋਣੀ ਬਾਰੂ ਕਕਰਾਲਾ ਸਾਡੀ ਜ਼ਿੰਦਗੀ ਦਾ ਮਾਣ ਹੈ ਬਿੱਟੂ ਦਗਾਲ ਦੇ ਨਾਲ ਸਮਾਂ ਬਿਤਾਇਆ ਔਰ ਸਾਹਮਣੇ ਅਗਲੀ ਕਬੱਡੀ ਖੇਡ ਮੈਦਾਨ ਅੰਦਰ ਅੰਕਿਤ ਲਾਠ ਅੰਕਿਤ ਰਿਹਾ ਅੰਕਿਤ ਲਾਠ ਝੁਕਿਆ ਹੋਇਆ ਉਦੋਂ ਸਾਡਾ ਛੋਟਾ ਵੀ ਰੌਣਕ ਭੁੱਲਰ ਵੀ ਲੰਗ ਮੰਗਦਾ ਕਹਿੰਦੇ ਖੇਡ ਕਬੱਡੀ ਦਾ ਮੇਰੇ ਵੀਰੋ ਰੌਣਕ ਭੁੱਲਰ ਪਰ ਸਾਹਮਣੇ ਇਸ ਵੇਲੇ ਕਹਿੰਦੇ ਗੱਭਰੂ ਆਹ ਕਹਿੰਦੇ ਨਿੱਕੇ ਗੁਰਦਾਸਪੁਰੀ ਵਾਰ ਕੇ ਨੋਟ ਫੜਾਏ ਹੈ ਪਰ ਅਗਲੀ ਕਬੱਡੀ ਸਰੀਰ ਵੇਖੋ ਮੁੰਡੇ ਦਾ ਤੂੰ ਦੀ ਸਤਰੀ ਵਰਗਾ ਸਰੀਰ ਹੈ ਆਹ ਕਹਿੰਦੇ ਪਰਲੋ ਹੈ ਪਰਲੋ ਇਟਲੀ ਵਾਲਾ ਪਰਲੋ ਕਬੱਡੀ ਬੱਲੇ 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 ਚਿਮੜ ਗਿਆ ਪਰ ਹੁਣ ਤਾਂ ਪਹੁੰਚ ਗਿਆ ਮੁੰਡਾ ਕਬੱਡੀ ਚੱਲਦੀ ਹੈ ਪੰਜਾਬੀ ਇਕੱਠੇ ਹੋਏ ਹੋਏ ਹੈ ਅੱਜ ਪੰਜਾਬੀ ਕਬੱਡੀ ਕਰਵਾ ਰਹੇ ਹੈ ਪੰਜਾਬੀ ਕਬੱਡੀ ਖੇਡ ਲਵੀਰ ਪੰਦਰ ਭਰਾ ਨੋਟ ਕਰ ਲਈ ਗੁਰਵਿੰਦਰ ਗਿੱਲ ਟਰਾਂਸਪੋਰਟ ਵੱਲੋਂ ਸੋਨੀ ਸੀ ਉਹਨਾਂ ਦਾ ਇੱਕੋ ਜੱਫਾ ਪਿਆ ਹੀ ਉਹਦਾ ਹੋ ਗਿਆ ਗੁਰਵਿੰਦਰ ਨੋਟ ਕਰ ਲਿਓ ਮਗਨੀਪੁਰ ਪਿੰਡ ਹੈ ਗੁਰਵਿੰਦਰ ਗਿੱਲ ਟਰਾਂਸਫਰ ਹਾਂਜੀ ਕਰੋ ਗੱਲ ਚੜ੍ਹਦੀ ਉਮਰ ਕਰਮ ਖੋਲ ਲਲਕਾਰੇ ਤਾਂ ਦੋਨੋਂ ਰੇਡਾਂ ਬਾਕੀ ਨੇ ਮੈਚ ਦੀਆਂ ਸੰਗਤ ਨੂੰ ਬੇਨਤੀ ਆ ਜੇ ਮੈਚ ਦਾ ਨਿਆਰਾ ਆ ਰਿਹਾ ਤਾੜੀ ਜੋਰ ਸਤਿ ਸ਼੍ਰੀ ਅਕਾਲ ਹੈਪੀ ਬਰਥਡੇ ਟੂ ਯੂ ਅਮਨ ਬਠਲਾ ਉਧਰ ਕਹਿੰਦੇ ਬਿੱਲੇ ਡੱਲੇ ਮੁੰਡੇ ਦਾ ਵੀ ਜਨਮ ਵੀ ਆ ਹੋਇਆ ਉਹਨੂੰ ਵੀ ਹੈਪੀ ਬਰਥਡੇ ਗੋਲ ਲੀਰ ਆ ਤੇ ਮਜ਼ਬੂਤ ਚੀਮਾ ਆ ਤਾਂ ਫੜ ਕੇ ਇਹਨੇ ਗੱਲਾਂ ਹੀ ਕਰਨ ਲੱਗ ਗਏ ਇੱਕ ਦੂਜੇ ਨਾਲ ਇਧਰਲੇ ਪਾਸੇ ਬਾਈ ਨਹੀਂ ਪਿੱਛੇ ਹਟ ਜਾ ਬਾਈ ਬਾਹਰ ਹੋ ਜਾਓ
ਹੱਥ ਮਾਰ ਕੇ ਬੇਨਤੀ ਹਰ ਮਨ ਬਾਈ ਥੋੜਾ ਆਪਾਂ ਨਾ ਜਜ਼ਬਾਤਾਂ ਤੇ ਕਾਬੂ ਰੱਖੀਏ। ਹਾਂ ਜੋਗਿੰਦਰ ਸਿੰਘ ਜੀ ਮੋਗੇ ਵਾਲੇ, ਕੇਵਲ ਸਿੰਘ ਜੀ ਯੂਐਸਏ, ਬੱਬਾ ਸਿੰਘ ਜੀ ਗਿੱਲ, ਹਾਂ ਆਤਿਬ ਜੀ ਤੁਹਾਡੇ ਮਿੱਤਰ ਆਏ ਆ, ਤੁਹਾਡੇ ਪਿੰਡ ਤੋਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਅਸੀਂ। ਉਧਰ ਪੈ ਗਈ ਕਬੱਡੀ ਬੱਲੇ 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 ਬਾਈ ਗਰਾਊਂਡ ਤੋਂ ਬਾਹਰ ਹੀ ਗੋਲ ਬਾਈ ਪਲੀਜ਼। ਹਾਂ ਧੰਨਵਾਦ। ਇੱਥੇ ਬਰਾਦਰ ਬਾਈ ਜੀ ਥੱਲੇ